ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਪੰਮੀ ਬਾਈ ਅਤੇ ਤੁਸੀਂ ਪੰਜਾਬੀ ਮੈਨੀਆ ਦੇ ਉੱਤੇ ਮੈਨੂੰ ਵੇਖ ਰਹੇ ਹੋ। ਭਾਜੀ, ਜਿਹੜਾ ਤੁਹਾਡਾ ਹੁਣ ਗਾਣਾ ਆ ਰਿਹਾ ਸੀ, ਉਸ ਗਾਣੇ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ ਜੀ, ਅੱਜ ਕਿਸਾਨੀ ਪੰਜਾਬ ਦੀ ਇੱਕ ਤ੍ਰਾਸਦੀ ਨੂੰ ਪੇਸ਼ ਕਰਨ ਦੇ ਉਪਰਾਲਾ ਕੀਤਾ। ਰਾਜ ਕਾਕੜਾ ਸਾਹਿਬ ਦਾ ਰਲਿਕਸ ਹੈਗਾ ਅਤੇ ਇਸ ਦੇ ਵਿੱਚ ਸੁਰਜੀਤ ਲਵਲੀ ਅਤੇ ਹਾਕਮ ਹੋਣਾ ਦਾ ਸੰਗੀਤ ਤਿਆਰ ਕੀਤਾ ਅਤੇ ਇਸਦਾ ਵੀਡੀਓ ਅੰਕਣ ਸਾਡੇ ਬਹੁਤ ਹੀ ਫਿਲਮ ਡਾਇਰੈਕਟਰ ਵੱਡੇ ਪ੍ਰਵੀਨ ਕੁਮਾਰ ਜੀ ਨੇ ਕੀਤਾ। ਸੋ ਮੈਂ ਕੋਸ਼ਿਸ਼ ਕੀਤੀ ਹੈ, ਇੱਕ ਛੋਟੀ ਜੀ ਅਟੈਂਪਟ ਕੀਤੀ ਹੈ ਕਿ ਮੈਂ ਪੰਜਾਬ ਦੇ ਤ੍ਰਾਸਦੀ, ਪੰਜਾਬ ਦੇ ਕਿਸਾਨੀ ਦੀ ਇੱਕ ਬਾਤ ਪਾਵਾਂ। ਸੋ ਬਾਤ ਪਾਈ ਹੈਗੀ ਹੈ। ਅੱਗੇ ਮੈਨੂੰ ਪੂਰਨ ਉਮੀਦ ਹੈ ਕਿ ਤੁਸੀਂ ਕਿਸਾਨੀ ਦੇ ਇਸ ਗਾਣੇ ਨੂੰ, ਇਸ ਟਰੈਕ ਨੂੰ ਮਾਣੋਗੇ। ਹਾਂਜੀ ਭਾਜੀ, ਜਿੱਦਾਂ ਅੱਜ ਕੱਲ੍ਹ ਦੇ ਲੋਕ ਭਟਕ ਚੁੱਕੇ ਨੇ, ਗਲਤ ਰਾਹ ਜਾਣ ਲਏ, ਅੱਜ ਕੱਲ੍ਹ ਦੇ ਯੂਥ ਕਲਚਰ ਨੂੰ, ਆਪਣੇ ਪੰਜਾਬੀ ਸੱਭਿਆਚਾਰ ਨੂੰ ਭੁੱਲ ਚੁੱਕੇ ਆ, ਤੁਸੀਂ ਉਹਨਾਂ ਨੂੰ ਕਿੱਦਾਂ ਇੱਕ ਤਰੀਕਾ, ਜਿੱਦਾਂ ਤੁਸੀਂ ਫੋਕ ਨਾਲ ਲੋਕਾਂ ਨੂੰ ਲੈ ਕੇ ਆਏ ਹੋ, ਅੱਗੇ ਵੀ ਤੁਸੀਂ ਕਿੱਦਾਂ ਆਪਦੇ ਨਵੇਂ ਪ੍ਰੋਜੈਕਟਾਂ ਬਾਰੇ ਦੱਸੋ, ਤੁਸੀਂ ਉਸ ਚੀਜ਼ ਨੂੰ ਕਿੱਦਾਂ ਕਾਇਮ ਰੱਖਣਾ? ਦੇਖੋ, ਮੇਰੀ ਕੋਸ਼ਿਸ਼ ਹੈਗੀ ਹੈ ਕਿ ਸਾਡੀ ਜਿਹੜੀ ਪੰਜਾਬ ਦੀ ਫਰਟੈਲਿਟੀ ਹੈ, ਸਾਡੇ ਪੰਜਾਬ ਦਾ ਜਿਹੜਾ ਕਲਚਰ ਹੈ, ਵਿਰਸਾ ਹੈ, ਉਹਨੂੰ ਸਾਂਭਣ ਦੇ ਵਿੱਚ ਸਾਰੇ ਬੰਦਿਆਂ ਦਾ ਯੋਗਦਾਨ ਹੋਣਾ ਚਾਹੀਦਾ। ਸੋ ਮੈਂ ਆਪਦਾ ਇੱਕ ਯੋਗਦਾਨ ਪਾ ਰਿਹਾ ਹੈਗਾ। ਮੈਂ ਚਾਹੁੰਦਾ ਇੱਕ ਵੱਡੀ ਲਾਈਨ ਲੋਕਾਂ ਦੇ ਸਾਹਮਣੇ ਖਿੱਚ ਦਿਓ ਤਾਂ ਕਿ ਸਾਡਾ ਨੌਜਵਾਨ ਯੂਥ ਕਹੇ ਵੀ ਇਹ ਲਾਈਨ ਕਿਹਨੇ ਬਣਾਈ ਹੈ। ਹੈਂ, ਸੋ ਮੈਂ ਉਸ ਧਾਰਨਾ ਦਾ ਮਤਲਬ ਕਿ ਬੰਦਾ ਅਤੇ ਮੇਰੀ ਹਮੇਸ਼ਾ ਹੀ ਸੋਚ ਰਹੀ ਹੈ ਕਿ ਵੀ ਥਿੰਕ ਪੋਜ਼ਿਟਿਵ, ਤਾਂ ਕਿ ਪੰਜਾਬ ਦੀ ਫਰਟੈਲਿਟੀ, ਪੰਜਾਬ ਦੇ ਗੀਤ, ਪੰਜਾਬ ਦੇ ਨਾਚ, ਪੰਜਾਬੀਅਤ ਪੂਰੀ ਦੁਨੀਆ 'ਚ ਖੁਸ਼ਬੂ ਆਵੇ। ਨੰਗੇ ਪਿੰਡ ਕੀਤੀ ਸੀ ਕਮਾਈ ਬਾਪੂ ਨੇ, ਟੌਰ ਸਾਰੇ ਪਿੰਡ 'ਚ ਬਣਾਈ ਬਾਪੂ ਨੇ। ਨੰਗੇ ਪਿੰਡ ਕੀਤੀ ਸੀ ਕਮਾਈ ਬਾਪੂ ਨੇ, ਟੌਰ ਸਾਰੇ ਪਿੰਡ 'ਚ ਬਣਾਈ ਬਾਪੂ ਨੇ। ਹੁਣ ਮੁੰਡਾ ਜਦੋਂ ਦਾ ਜਵਾਨ ਹੋ ਗਿਆ, ਹੁਣ ਮੁੰਡਾ ਜਦੋਂ ਦਾ ਜਵਾਨ ਹੋ ਗਿਆ, ਕਹਿੰਦਾ ਬਾਪੂ ਹੁਣ ਖੇਤੀ ਨਹੀਂ ਓ ਪੁੱਗਦੀ। ਫੈਸ਼ਨਾਂ ਨੇ ਮਾਰ ਲਈ ਜਵਾਨੀ ਮਿੱਤਰੋ, ਕਰਜ਼ੇ 'ਚ ਜਾਂਦੀ ਏ ਕਿਸਾਨੀ ਡੁੱਬਦੀ। ਫੈਸ਼ਨਾਂ ਨੇ ਮਾਰ ਲਈ ਜਵਾਨੀ ਮਿੱਤਰੋ, ਕਰਜ਼ੇ 'ਚ ਜਾਂਦੀ ਏ ਕਿਸਾਨੀ ਡੁੱਬਦੀ।